ਦੇਸ਼ ਭਰ ਵਿੱਚ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ ਤੇ ਇਸ ਨੂੰ ਲੈ ਕੇ ਪੰਜਾਬ ਵਿੱਚ ਵੀ ਕਰਫਿਊ ਦਾ ਦੌਰ ਲਗਾਤਾਰ ਜਾਰੀ ਹੈ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਹਰ ਤਰ੍ਹਾਂ ਦੀ ਸਖਤੀ ਕੀਤੀ ਜਾ ਰਹੀ ਹੈ ਪਰੰਤੂ ਸਖਤੀ ਦੇ ਬਾਵਜੂਦ ਕਈ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਇਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਨਾਭਾ ਵਿਖੇ ਜਿੱਥੇ ਕਿ ਕਰਫਿਊ ਦੌਰਾਨ ਇੱਕ ਜਾਲੀ ਪੱਤਰਕਾਰ ਆਪਣੀ ਗੱਡੀ ਤੇ ਪ੍ਰੈਸ ਸ਼ਬਦ ਦਾ ਇਸਤੇਮਾਲ ਕਰਕੇ ਹੁੱਲੜਬਾਜ਼ੀ ਕਰ ਰਿਹਾ ਸੀ ਜਿਸ ਨੂੰ ਪੁਲਿਸ ਨੇ ਧਰ ਦਬੋਚਿਆ ਉਕਤ ਜਾਲੀ ਪੱਤਰਕਾਰ ਦੀ ਕਾਰ ਵਿੱਚ ਜਿੱਥੇ ਪੁਲਿਸ ਦੀ ਲਾਈਟ ਲੱਗੀ ਹੋਈ ਸੀ ਉਸ ਦੇ ਨਾਲ ਹੀ ਉਸ ਵੱਲੋਂ ਹੂਟਰ ਵੀ ਲਗਾਇਆ ਗਿਆ ਸੀ ਗ੍ਰਿਫਤਾਰ ਜਾਲੀ ਪੱਤਰਕਾਰ ਭੁਪੇਸ਼ ਬਾਂਸਲ ਯੂਥ ਕਾਂਗਰਸ ਦਾ ਆਗੂ ਵੀ ਰਹਿ ਚੁੱਕਾ ਹੈ ਤੇ ਕਾਂਗਰਸ ਵੱਲੋਂ ਹਲਕਾ ਨਾਭਾ ਵਿੱਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਹਰ ਸਮੇਂ ਮੋਹਰੀ ਰਹਿੰਦਾ ਸੀ ਇਸ ਸੰਬੰਧੀ DSP ਵਰਿੰਦਰਜੀਤ ਸਿੰਘ ਥਿੰਦ ਨੇ ਦੱਸਿਆ ਕਿ ਭੁਪੇਸ਼ ਕੁਮਾਰ ਖਿਲਾਫ ਵਾਰ ਵਾਰ ਸ਼ਿਕਾਇਤਾਂ ਆ ਰਹੀਆਂ ਸਨ ਜਿਸ ਦੇ ਆਧਾਰ ਤੇ ਪੁਲਿਸ ਨੇ ਪ੍ਰੈਸ ਦੀ ਦੁਰਵਰਤੋਂ ਕਰਨ ਤੇ ਉਸ ਦੇ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਦੀ ਗੱਡੀ ਨੂੰ ਵੀ ਬਾਉਂਡ ਕਰ ਲਿਆ ਗਿਆ ਹੈ ਕੀਤੀ ਹੋਈ ਹੈ ਜੀ ਅਸੀਂ ਇੱਕ ਤਾਂ ਇਹਦਾ ਚਲਾਨ ਕੱਟ ਰਹੇ ਹਾਂ ਦੂਜਾ ਇਹਦਾ 188 ਦਾ ਪਰਚਾ ਦਰਜ ਕਰ ਨਹੀਂ ਪ੍ਰੈਸ ਦਾ ਕੋਈ ਵੀ ਨਹੀਂ ਨਿਕਲਿਆ ਇਹਨਾਂ ਕੋਲ ਦਲਦਲ ਕੋਲੇ ਜੀ ਕੋਈ ਇਹਦਾ ਕੋਈ ਸ਼ਨਾਖਤੀ ਕਾਰਡ ਨਹੀਂ ਜਿਹੜਾ ਪ੍ਰੈਸ ਇਹ ਸਾਡੇ SSP ਸਾਹਿਬ ਦੇ ਗਰੁੱਪ ਦੇ ਵਿੱਚ ਇਮੀਡੀਏਟਲੀ ਮੈਂ ਜਿਹੜੀ ਹੈਗੀ ਬੰਦ ਕਰਤੀ ਗੱਡੀ ਬੰਦ ਕਰਤੀ ਸਰ ਸੀ ਜਿਹਦਾ ਨਾਮ ਭੁਪੇਸ਼ ਬਾਂਸਲ ਹੈ ਨਾਭੇ ਦਾ ਰਹਿਣ ਵਾਲਾ ਆਪਦੀ ਗੱਡੀ ਦੇ ਵਿੱਚ ਸੀਗਾ ਜਿਹਦੇ ਉੱਪਰ ਕੀ ਇਹਨੇ ਪ੍ਰੈਸ ਦਾ ਸਟicker ਲਗਾਇਆ ਹੋਇਆ ਸੀਗਾ ਤੇ ਸਾਨੂੰ ਸ਼ਿਕਾਇਤ ਮਿਲੀ ਸੀ ਇਹਦੇ ਰਿਗਾਰਡਿੰਗ ਜਿਹਦੇ ਤੇ ਅਸੀਂ ਆਪਰੇਟ ਕੀਤਾ ਤੇ ਸਾਨੂੰ ਅੱਜ ਇਹ ਬਾਜ਼ਾਰ ਦੇ ਵਿੱਚ ਗਸ਼ਤ ਦੇ ਦੌਰਾਨ ਇਹਦੀ ਗੱਡੀ ਹੈ ਅਤੇ ਸਮੇਤ ਗੱਡੀ ਬੰਦਾ ਅਸੀਂ ਕਾਬੂ ਕੀਤਾ ਪ੍ਰੈਸ ਨੇ ਉੱਪਰ ਲਿਖਵਾਇਆ ਗਿਆ ਸੀਗਾ ਇਹ ਰਿਪੋਰਟਰ ਨਹੀਂ ਹੈਗਾ ਨਾ ਹੀ ਇਹਦੇ ਕੋਲ ਕੋਈ ਕਿਸੇ ਅਥਾਰਟੀ ਵੱਲੋਂ ਜਿਹੜਾ ਹੈਗਾ ਉਹ ਪੱਤਰਕਾਰ ਦਾ ਕੋਈ ਕਾਰਡ ਇਸ਼ੂ ਹੈ ਅਤੇ ਅਸੀਂ ਇਹਦੇ 'ਤੇ ਪਰਚਾ ਦਰਜ ਕਰ ਦਿੱਤਾ ਹੈਗਾ 188 IPC ਅਤੇ 419 ਦਾ ਅਤੇ ਇਹਨੂੰ ਅਸੀਂ ਹੁਣ ਗ੍ਰਿਫਤਾਰ ਕਰ ਲਿਆ ਹੋਰ ਵੀ ਤਰ੍ਹਾਂ ਬੱਚੇ ਵੱਧ ਹੋ ਸਕੇ ਜਿਵੇਂ ਲਾਈਟ ਲਾਈ ਹੋਈ ਹੈ ਹੂਟਰ ਵੀ ਲਾਇਆ ਹੋਇਆ ਸੀ ਉਹ ਅਸੀਂ ਦੇਖਾਂਗੇ ਹੁਣ ਗੱਡੀ ਦੇ ਵਿੱਚ ਕੀ ਇਹਨੇ ਸਮਾਨ ਫਿੱਟ ਕੀਤਾ ਹੂਟਰ ਹੈ ਜਾਂ ਕੁਛ ਵੀ ਹੈ ਉਹ ਅਸੀਂ ਮਕੈਨਿਕ ਤੋਂ ਗੱਡੀ ਵਗੈਰਾ ਦਾ ਕਰਾ ਕੇ ਮੁਆਇਨਾ ਅਤੇ ਜੇ ਵਾਧਾ ਹੁੰਦਾ ਹੈ ਤਾਂ ਅਸੀਂ ਉਹ ਕਰਾਂਗੇ ਇਸ ਤੋਂ ਇਲਾਵਾ ਹੋਰ ਵੀ ਕਈ ਨਹੀਂ ਉਹ ਤਾਂ ਸਾਡੀ ਇੱਕ ਕੰਟੀਨਿਊਸ ਡਰਾਈਵ ਹੈ ਨਾ ਜੀ ਉਹ ਤਾਂ ਅਸੀਂ ਕਰਦੇ ਹੀ ਰਹਿੰਦੇ ਹੁੰਦੇ ਹਾਂ ਪਰ ਇਹ ਇਨ ਪਰਟੀਕੁਲਰ ਜਿਹੜਾ ਹੈਗਾ ਵਿਦ ਰਿਲੇਸ਼ਨ ਟੂ ਕਰਫਿਊ ਸੀਗਾ ਕਿਉਂਕਿ ਇਹ ਬੰਦਾ ਵਾਰ ਵਾਰ ਵਾਇਲੇਸ਼ਨ ਕਰ ਰਿਹਾ ਸੀਗਾ ਅਤੇ ਇਹਦੀ ਸ਼ਿਕਾਇਤ ਵੀ ਸੀ ਅਤੇ ਅੱਜ ਅਸੀਂ ਉਹ ਕਾਬੂ ਕੀਤਾ